ਪ੍ਰੇਸ ਦਾ ਲਾਰਡ ਜੈਮ ਸੀਦੀ, ਮੇਰਾ ਨਾਮ ਹਰਨੀਤ ਕੌਰ ਹੈ ਔਰ ਮੈਂ ਇੰਡੀਆ ਤੋਂ ਹਾਂ, ਔਰ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਗਵਾਹੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਮੈਂ ਬੈਥਲਮ ਚਰਚ ਦੇ ਨਾਲ ਜੁੜੀ। ਮੇਰੇ ਭੂਆ ਜੀ ਜੋ ਆ ਉਹ ਅਮੈਰੀਕਾ ਦੇ ਵਿੱਚ, ਉਹਨਾਂ ਦੇ ਥਰੂ ਹੀ ਮੈਂ ਬੈਥਲਮ ਚਰਚ ਵਾਲਿਆਂ ਨਾਲ ਮੇਰਾ ਕਨੈਕਟ ਹੋਈ। ਮੈਂ ਉਸ ਤੋਂ ਬਾਅਦ ਮੈਂ ਖੁਦ ਵੀ ਪ੍ਰੇਅਰ ਕਰਦੀ ਹਾਂ। ਔਰ ਕੁਛ ਕੁ ਦਿਨ ਪਹਿਲਾਂ ਦੀ ਗੱਲ ਆ ਕਿ ਮੇਰੀ ਨਾਨੀ ਮਾਂ ਦੀ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਗਈ, ਉਹ ਡਾਇਬਟਿਕ ਪੇਸ਼ੈਂਟ ਹੈ, ਔਰ ਇਸੇ ਤਰ੍ਹਾਂ ਮੀਨਸ ਉਹਨਾਂ ਦੀ ਸ਼ੂਗਰ ਲੈਵਲ ਹਾਈ ਹੋ ਗਿਆ, ਬਲੱਡ ਪ੍ਰੈਸ਼ਰ ਲੋਅ ਚਲਾ ਗਿਆ, ਲਾਈਕ ਕੰਡੀਸ਼ਨ ਕਾਫੀ ਸੀਰੀਅਸ ਹੋ ਚੁੱਕੀ ਸੀ। ਮੈਨੂੰ ਯਾਦ ਆ ਕਿ ਮੈਂ ਮਤਲਬ ਸਵੇਰ ਦੇ ਕੁਛ 5 or 6 ਵਜੇ ਹੋਣਗੇ, ਔਰ ਅਮੈਰੀਕਾ ਦੇ ਵਿੱਚ ਕਾਫੀ ਦੇਰ ਹੋ ਚੁੱਕੀ ਸੀਗੀ। ਫਿਰ ਮੈਂ ਉਹਨਾਂ ਨੂੰ, ਰੋਜ਼ਲੈਂਸਿਸ ਨੂੰ ਔਰ ਰਮਨ ਸਿਸਟਰ ਜੀ ਨੂੰ ਕਾਲ ਕੀਤੀ, ਉਹਨਾਂ ਨੂੰ ਸਾਰਾ ਕੁਛ ਦੱਸਿਆ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਮੇਰੇ ਨਾਨੀ ਮਾਂ ਦੀ। ਉਹਨਾਂ ਨੇ ਉਸੇ ਟਾਈਮ ਮੇਰੇ ਨਾਨੀ ਮਾਂ ਲਈ ਪ੍ਰੇਅਰ ਕੀਤੀ, ਪਾਸਟਰ ਜੀ ਨੇ ਵੀ ਪ੍ਰੇਅਰ ਕੀਤੀ, ਵਿਦ ਦ ਹੈਲਪ ਆਫ ਗੋਡ, ਵਿਦ ਅ ਲੋਟ ਆਫ ਪ੍ਰੇਅਰਸ, ਸਾਰਿਆਂ ਨੇ ਮਿਲ ਕੇ ਪ੍ਰੇਅਰਸ ਕੀਤੀਆਂ ਮੇਰੇ ਨਾਨੀ ਮਾਂ ਦੀ ਹੈਲਥ ਲਈ। ਉਹਨਾਂ ਦਾ ਹਾਰਟ ਲਾਈਕ ਬੰਦ ਹੋ ਗਿਆ ਸੀ, ਲਾਈਕ ਵਰਕ ਨਹੀਂ ਕਰ ਰਿਹਾ ਸੀਗਾ। ਡਾਕਟਰਸ ਨੇ ਬੋਲਿਆ ਸੀਗਾ ਕਿ ਪੇਸਮੇਕਰ ਲਗਾਉਣਾ ਪਏਗਾ, ਪੇਸਮੇਕਰ ਲੱਗਿਆ ਵੀ, ਬਟ ਇਟਸ ਨੋਟ ਲਾਈਕ ਇੰਟਰਨਲ, ਇਟਸ ਐਕਸਟਰਨਲ ਵਨ। ਸੋ ਉਸ ਤੋਂ ਬਾਅਦ ਲਾਈਕ ਡਾਕਟਰਸ ਨੇ ਵੀ ਕਹਿਤਾ ਸੀ ਕਿ 24 hours ਜਾਂ ਨਾਨੀ ਮਾਂ ਤੋਂ, ਬਟ ਦ ਪਾਵਰ ਆਫ ਗੋਡ ਇਜ਼ ਲਾਈਕ ਨਾਨੀ ਮਾਂ ਕੁਛ 6 ਦਿਨਾਂ ਦੇ ਵਿੱਚ, 6 ਦਿਨ ਉਹਨਾਂ ਦਾ ਟ੍ਰੀਟਮੈਂਟ ਚੱਲਿਆ ਉੱਥੇ ਹੋਸਪਿਟਲ ਦੇ ਵਿੱਚ, ਉਹ ਡੇ ਬਾਈ ਡੇ ਇੰਪਰੂਵਮੈਂਟ ਹੋਈ ਉਹਨਾਂ ਦੀ, ਉਹਨਾਂ ਲਈ ਰੋਜ਼ ਪ੍ਰੇਅਰ ਹੁੰਦੀਆਂ ਸੀਗੀਆਂ। ਉਹਨਾਂ ਪ੍ਰੇਅਰਸ ਦੇ ਨਾਲ ਜੋ ਉਹਨਾਂ ਦੀ ਹੈਲਥ ਦੇ ਵਿੱਚ ਇੰਪਰੂਵਮੈਂਟ ਹੋਈ, ਉਹ ਆਫਟਰ ਵੀਕ ਘਰ ਵਾਪਸ ਆ ਗਏ, ਅੱਜ ਉਹ ਬਹੁਤ ਵਧੀਆ ਆ, ਮੀਨਸ ਕਿ ਉਹਨਾਂ ਦੀ ਹੈਲਥ ਇੰਪਰੂਵ ਹੋ ਰਹੀ ਆ, ਪਹਿਲਾਂ ਨਾਲੋਂ ਕਾਫੀ ਬੈਟਰ ਹੋ ਰਿਹਾ। ਸੋ ਆਈ ਐਮ ਰੀਅਲੀ ਵੈਰੀ ਥੈਂਕਫੁਲ ਟੂ ਗੋਡ ਐਂਡ ਆਲ ਦ ਸਿਸਟਰਸ ਐਂਡ ਪਾਸਟਰ ਜੀ ਜਿਨ੍ਹਾਂ ਨੇ ਇੰਨੀ ਜ਼ਿਆਦਾ ਪ੍ਰੇਅਰ ਕੀਤੀ ਮੇਰੇ ਨਾਨੀ ਮਾਂ ਦੀ ਹੈਲਥ ਲਈ, ਔਰ ਉਹ ਅੱਜ ਬਹੁਤ ਵਧੀਆ ਨੇ, ਠੀਕ ਹੈ, ਹੈਲਦੀ ਹੈ, ਔਰ ਮੈਂ ਗੋਡ ਦਾ ਥੈਂਕਸ ਕਰਦੀ ਹਾਂ, ਔਰ ਆਈ ਪ੍ਰੇਜ਼ ਦਾ ਲੋਰਡ, ਆਲ ਦਾ ਗਲੋਰੀ ਟੂ ਦਾ ਮਾਈ ਫਾਦਰ।